ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਜੌੜ ਸਿੰਘ ਵਾਲਾ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਪਹੁੰਚੇ ਹਾਂ ਬਾਈ ਹਰਵੇਲ ਸਿੰਘ ਦੇ ਕੋਲ, ਬਾਈ ਹਰਵੇਲ ਦੇ ਫਾਰਮ 'ਤੇ। ਸੋ ਦੋਸਤੋ, ਅੱਜ ਦੋ ਮੱਝਾਂ ਝੋਟੀਆਂ ਤੁਹਾਨੂੰ ਦਿਖਾ ਦਾਂਗੇ। ਇੱਕ ਝੋਟੀ ਦਿਖਾਵਾਂਗੇ, ਬਿਲਕੁਲ ਤਾਜ਼ੀ ਸੂਈ ਆ, ਇੱਕ ਮੱਝ ਦੋਸਤੋ ਦਿਖਾਵਾਂਗੇ, ਦੋਵੇਂ ਨੀਲੀ ਦੇ ਪਸ਼ੂ ਆ। ਸੋ ਡਿਟੇਲ ਆਪਾਂ ਤੁਹਾਡੇ ਨਾਲ ਬਾਈ ਹਰਵੇਲ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਦਿਆਂਗੇ। ਸੋ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਜ਼ਰੂਰ ਬਣੇ ਰਹੋ, ਤਾਂ ਜੋ ਦੋਸਤੋ ਜਿੰਨੀ ਇਨਫੋਰਮੇਸ਼ਨ ਤੁਹਾਨੂੰ ਦੱਸੀ ਜਾਊਗੀ ਉਹ ਸਮਝ ਆ ਜੇ। ਅੱਜ ਦੋਸਤੋ 21 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ। ਦੋਸਤੋ ਕੱਲ੍ਹ ਮੋਰਨਿੰਗ 22 ਸਤੰਬਰ ਨੂੰ ਆਪਾਂ ਸੁਬਾਹ ਦੋਸਤੋ 7 ਵਜੇ ਜਿਹੜੀ ਹੈ ਦੋਸਤੋ ਵੀਡੀਓ ਅਪਲੋਡ ਕਰ ਦਿਆਂਗੇ। ਸੋ ਦੇਖਣ ਤੋਂ ਬਾਅਦ ਤਸੱਲੀ ਨਾਲ ਤੁਸੀਂ ਚਵਾਈ ਕਰ ਸਕਦੇ ਜੇ ਪਸ਼ੂਆਂ ਦੀ, ਨਰਕ ਪਰਖ ਕਰਕੇ ਪਸ਼ੂ ਖਰੀਦ ਲਿਓ, ਠੀਕ ਆ। ਆਓ ਕਰਦੇ ਹਾਂ ਗੱਲਬਾਤ ਬਾਈ ਹਰਵੇਲ ਦੇ ਨਾਲ। ਹਰਵੇਲ ਬਾਈ, ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ। ਹਾਂਜੀ ਸੰਧੂ ਸਾਹਿਬ ਜੀ, ਸਤਿ ਸ੍ਰੀ ਅਕਾਲ। ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ, ਚੈਨਲ ਨੂੰ ਪਿਆਰ ਦੇ ਰਹੇ, ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਹੋਰ ਠੀਕ ਆ ਬਾਈ? ਹਾਂ ਠੀਕ ਠਾਕ ਵੀਰ ਜੀ, ਵਧੀਆ, ਕਿਰਪਾ ਵਾਹਿਗੁਰੂ ਜੀ। ਅੱਛਾ ਹਰਵੇਲ ਭਰਾ, ਅੱਜ ਪਸ਼ੂ ਵੀਰ ਆਪਣੇ ਕੋਲ ਦੋ ਬਕਾਊ ਆ। ਸੰਧੂ ਸਾਹਿਬ ਦੋ ਨੇ, ਇੱਕ ਸੂਈ ਆ। ਅੱਛਾ ਜੀ। ਇੱਕ ਗੱਬ ਆ, ਉਹ ਵੀ ਨੀਲੀ ਦੀ ਮੀਣੀ ਆ, ਤਾਂ ਇਹ ਵੀ ਨੀਲੀ ਦੀ ਜਿਹੜੀ ਭਰੂਣ ਝੋਟੀ ਸੂਈ ਆ। ਅੱਛਾ ਜੀ। ਸੰਧੂ ਸਾਹਿਬ ਇਹ ਮੂੰਹੋਂ ਚੌਕੀ ਆ, ਸੂਈ ਨੂੰ ਕਰੀਬ ਅੱਜ 6-7 ਦਿਨ ਆ। ਠੀਕ ਆ ਜੀ। ਤਕਰੀਬ 10 ਲੀਟਰ ਦੇ ਥੱਲੇ ਜਿਹੜਾ ਦੁੱਧ ਤਿਆਰ ਆ। ਠੀਕ ਆ ਜੀ। ਇਹ 6-7 ਦਿਨਾਂ ਦੀ ਸੂਈ ਸੂਈ ਹੈ, ਬਿਲਕੁਲ ਸੰਧੂ ਸਾਹਿਬ ਸੀਲ ਸਲਾਜ ਠੰਡੀ, ਬਿਲਕੁਲ ਲਓ ਜੀ ਜਿੰਨੀ ਵੀ ਆਪਾਂ ਕਹੀਏ। ਠੀਕ ਆ ਜੀ। ਅੱਛਾ ਇੱਕ ਬਹੁਤ ਵਧੀਆ ਦੋਸਤੋ, ਠੀਕ ਆ ਜੀ, ਐਕਸੀਲੈਂਟ ਝੋਟੀ ਅੱਜ ਵੀਰ ਦੇ ਕੋਲ ਆਈ ਆ, ਪਹਿਲਾਂ ਝੋਟੀ ਸੂਈ ਆ। ਠੀਕ ਆ ਜੀ। 10 ਲੀਟਰ ਪਹਿਲਾਂ ਥੱਲੇ ਸੰਧੂ ਸਾਹਿਬ ਕੀ ਕਹਿੰਦੇ ਹੁੰਦੇ ਆ, ਬਹੁਤ ਘੱਟ ਨੀਲੀ ਦੀ ਆ, ਚੰਗੀ ਖਾਰਦਾਨੀ ਝੋਟੀ ਆ। ਲਓ ਜੀ ਪਿੱਠ ਪੂਰਾ ਬਹੁਤ ਵਧੀਆ। ਬੱਚਾ ਮਗਰ ਕੀ ਆ ਗਿਆ ਜੀ? ਮਗਰ ਮੇਲ ਕਾਫ ਆ ਗਿਆ ਸੰਧੂ ਸਾਹਿਬ, ਥੱਲੇ ਬੱਚਾ ਜਿਹੜਾ ਦੋਸਤੋ ਮੇਲ ਕਾਫ ਤੁਸੀਂ ਦੇਖ ਸਕਦੇ, ਮਗਰ ਕੱਟਾ। ਠੀਕ ਆ, 6-7 ਦਿਨਾਂ ਦੀ ਸੂਈ ਦੇ ਥੱਲੇ। ਠੀਕ ਆ ਜੀ। ਤੇ 10 ਕਿਲੋ ਜਿਹੜਾ ਬਿਲਕੁਲ ਦੁੱਧ ਹਾਜ਼ਰ ਆ, ਜਿਹੜਾ ਕਿਸੇ ਵੀਰ ਨੇ ਚਵਾਈ ਕਰ ਲੈਣੀ ਆ, ਤੇ ਬਿਲਕੁਲ ਪਤਲੇ ਪਿੰਡੇ ਦੀ ਆ, ਹਾਈਟ ਸੋਹਣੀ ਆ, ਬਿਲਕੁਲ ਨਵੀਂ ਨਕੋਰ ਝੋਟੀ। ਆਹ ਵੇਖੋ ਜੀ ਫੇਸ ਕੁਆਲਿਟੀ, ਠੀਕ ਆ ਜੀ, ਬਿਲਕੁਲ ਸ਼ੋ ਕੁਆਲਿਟੀ ਆ। ਆਹ ਦੇਖੋ ਵੀ ਆਰਡਰ ਕੁਆਲਿਟੀ ਕਾਫੀ ਬੈਸਟ ਹੈ ਨਾ ਜੀ, ਕਿਸੇ ਪਾਸਿਓ ਵੀ ਨਹੀਂ ਕੁਛ। ਜੇ ਆਪਾਂ ਅੱਗੋਂ ਗੱਲ ਕਰੀਏ ਨਾ, ਤਾਂ ਆਪਾਂ ਕਹੀਏ ਵੀ ਕਿਸੇ ਪਾਸੇ ਖੁੰਜੀ ਆ, ਬਿਲਕੁਲ ਨਹੀਂ, ਚਾਰੇ ਪੈਰ ਧੋਤੇ ਆ, ਅੱਖ ਦੇ ਵਿੱਚ ਬਿੱਲਾਪਣ, ਜਿਹੜਾ ਨੀਲਾਪਣ ਬਿਲਕੁਲ ਵੀ ਕਮਾਲ ਦੀ ਝੋਟੀ ਆ ਦੋਸਤੋ। ਬਾਕੀ ਮੈਂ ਨਹੀਂ ਕਹਿ ਰਿਹਾ ਹੈਗਾ ਵੀ ਝੋਟੀ ਦੱਸ ਰਹੀ ਆ, ਠੀਕ ਹੈ, ਵੀ ਝੋਟੀ ਕਹਿੰਦੀ ਆ ਵੀ ਮੈਂ ਹੀ ਮੈਂ ਆ, ਵੀ ਉਹ ਗੱਲਬਾਤ ਹੋਈ ਪਈ ਆ। ਠੀਕ ਆ, ਅਤੇ ਮੇਲ ਕਾਫ ਆ ਥੱਲੇ ਬੱਚਾ ਜਿਹੜਾ ਉਹ ਕੱਟਾ ਆ। ਠੀਕ ਆ ਜੀ। ਅਤੇ ਮਾਰਕਿੰਗ ਵੇਖ ਲਓ ਦੋਸਤੋ, ਮਾਰਕਿੰਗ ਚਾਰੇ ਪੈਰ ਧੋਤੇ, ਅਗਲੇ ਪੈਰਾਂ 'ਤੇ ਜਵਾਬ, ਮਗਰਲੇ ਪੈਰ ਗਿੱਠ ਗਿੱਠ ਧੋਤੇ ਆ, ਅਤੇ ਕੁੰਡੀ ਕਾਂਢੀ ਵੇਖੋ ਦੋਸਤੋ, ਸ਼ਕੀਨੀ ਵਾਲੇ ਤਾਂ ਮੈਂ ਵੀ ਪੂਰੇ ਚਿੱਬ ਕੱਢੇ ਪਏ ਆ ਵੇਖੋ। ਸੰਧੂ ਸਾਹਿਬ ਜਿੰਨੀ ਵੀ ਇਹਦੀ ਆਪਾਂ ਪ੍ਰਸ਼ੰਸਾ, ਠੀਕ ਆ ਜੀ, ਬਿੱਲੀ ਮਣਕੀ ਆਖਾ, ਪ੍ਰਸ਼ੰਸਾ ਜਿਹੜੀ ਦੋਸਤੋ ਤਾਰੀਫ ਆ, ਐਪਰੀਸ਼ੀਏਟ ਆ ਚੀਜ਼ ਨੂੰ ਕੀਤਾ ਜਾਂਦਾ ਜਦੋਂ ਅੱਗੋਂ ਪੂਰੀ ਕੁਆਲਿਟੀ ਵਾਲੀ ਚੀਜ਼ ਹੋਵੇ। ਠੀਕ ਆ, ਇੱਥੇ ਤੁਸੀਂ ਪੂਰੀ ਕੁਆਲਿਟੀ ਵਾਲੀ ਝੋਟੀ ਲੈ ਕੇ ਜਾਓਗੇ। ਠੀਕ ਹੈ ਜੀ। ਬਾਕੀ ਜੇ ਗੱਲ ਕਰੀਏ ਸੰਧੂ ਸਾਹਿਬ, ਅੱਗੋਂ ਬਿਲਕੁਲ ਕਹਿੰਦੇ ਹੁੰਦੇ ਨਾ ਮੋਰ ਵਾਂਗੂ, ਸੂਝ ਵਾਂਗੂ, ਬਿਲਕੁਲ ਅੱਗੋਂ ਪਤਲੀ, ਪਿੱਠ ਪੂੜਾ, ਹਰ ਕੁਆਲਿਟੀ ਪੱਖੋਂ ਇਹ ਜਿਹੜੀ ਆ ਪਿੱਛੇ ਆਉਂਦੀ ਆਉਂਦੇ ਆਉਂਦੇ ਜਿਵੇਂ ਥੱਬਿਆਂ ਦੇ ਥੱਬੇ। ਬਿਲਕੁਲ ਸੰਧੂ ਸਾਹਿਬ, ਕਿਸੇ ਗੱਲੋਂ ਆਪਾਂ ਇਹਦੀ ਮੰਨ ਲਓ ਗੱਲ ਤਾਂ ਫਿਰ ਉੱਥੇ ਆ ਗਈ ਆ ਵੀ ਵਾਕਈ ਕਾਬਲੇ ਤਾਰੀਫ ਆ ਇਹਦੀ ਬੰਦਾ, ਹੱਕ ਬੰਦਾ ਹੈ। ਆਰਡਰ ਕੁਆਲਿਟੀ ਦੋਸਤੋ ਬਿਲਕੁਲ ਤੁਹਾਨੂੰ ਦਿਖਾ ਰਹੇ ਹਾਂ। ਹਰਵੇਲ ਬਾਈ ਮਾੜਾ ਜਿਹਾ ਲੰਮਾ ਸੱਜੇ ਖੱਬੇ ਤੋਰ ਦਿਆ ਜੇ ਦਰਖੋ। ਆਹ ਦੇਖੋ ਸੰਧੂ ਸਾਹਿਬ, ਚੋਣ ਬਹੁਤ ਵਧੀਆ, ਚਵਾਈ ਵੀਰਾਂ ਦਾ ਵੀ ਬਹੁਤ ਬੈਸਟ ਲੱਗੀ ਆ। ਵੀ ਜੇਕਰ ਦੋਸਤੋ ਵੀ ਇਹੋ ਜਿਹੇ ਥਣ ਭਾਂਡੇ ਨੇ ਚਵਾਈ ਬੈਸਟ ਨਹੀਂ ਕਰਾਉਣੀ, ਤਾਂ ਆਪਾਂ ਇਹ ਵੀ ਕਹਿ ਦਿੰਦੇ ਹਾਂ ਵੀ ਕਿਹੋ ਜਿਹਾ ਜਿਹੜਾ ਦੋਸਤੋ ਥਣ ਦੇਵਾ ਵਧੀਆ ਚਵਾਈ ਕਰਾਊਗਾ। ਸੋ ਆਰਡਰ ਕੁਆਲਿਟੀ ਸੋਹਣੀ ਆ ਸੰਧੂ ਸਾਹਿਬ, ਸਭ ਤੋਂ ਚੰਗੀ ਚੀਜ਼ ਆ ਭਲੂਣ ਝੋਟੀ ਆ, ਸਾਫ਼ ਸੁਥਰੀ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵਾਧੇ ਬੰਦੀ ਆ। ਅੱਛਾ ਭਾਈ ਹਰਵੇਲ, ਜਿਵੇਂ ਤੁਸੀਂ ਦੱਸ ਰਹੇ ਜੇ ਵੀ ਇੱਕ ਹਫ਼ਤੇ ਦੀ ਸੂਈ ਆ, ਅਤੇ ਸਟਾਰਟਿੰਗ 10 ਕੁ ਲੀਟਰ 10 ਲੀਟਰ ਸੰਧੂ ਸਾਹਿਬ, ਅਤੇ ਬਹੁਤ ਬੈਸਟ ਸਟਾਰਟਿੰਗ ਹੋਈ ਆ, ਤੇ ਮੈਨੂੰ ਲੱਗਦਾ ਵੀ 10 ਤੋਂ ਅਕ੍ਰੋਸ ਵੀ ਹੋ ਸਕਦਾ। ਸੰਧੂ ਸਾਹਿਬ ਚੰਗੇ ਬਰੀਡਰ ਬੰਦੇ ਕੋਲੇ ਜਾਂ ਚੰਗੇ ਸਾਂਭ ਸੰਭਾਲ ਵਾਲੇ ਬੰਦੇ ਕੋਲ ਚੱਲ ਜੇ ਤਾਂ
ਤੇ ਆਪਾਂ ਉਮੀਦ ਕਰਦੇ ਆ ਕਿ 12-13 ਲੀਟਰ ਪਹਿਲਾਂ ਝੋਟੀ ਦੁੱਧ ਛੁਆਊਗੀ। ਤਾਂ ਇਹ ਖਾਨਦਾਨੀ ਪਰਿਵਾਰ ਦੇ ਵਿੱਚੋਂ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਇਹਦਾ ਪਿਛੋਕੜ ਜਿਹੜਾ ਚੱਟੀ ਦਾ ਬਹੁਤ ਚੰਗਾ। ਬਾਕੀ ਇੱਕ ਗੱਲ ਵੀ ਠੰਡੀ ਤੇਰੀ ਸੀਲ ਸਾਊ ਵੇਖੋ ਜੀ, ਸੀਲ ਸਾਊ ਵੀ ਇੱਥੋਂ ਆਪਣੇ ਕੋਲ ਹੀ ਤੁਰੀ ਫਿਰਦੀ ਹੈ ਵੀ ਇਹ ਨਹੀਂ ਭੱਜ ਕੇ ਵੀ ਗੁਆਂਢੀਆਂ ਦੇ ਘਰੇ ਚੱਲੀ ਜਾਵੇ। ਬਿਲਕੁਲ ਬੈਸਟ ਲੱਗੀ ਆ। ਇੱਕ ਚੀਜ਼ ਸੰਧੂ ਸਾਹਿਬ ਦੇਖੋ, ਆਉਣ ਵਾਲੇ ਸਮੇਂ ਦੇ ਵਿੱਚ ਪਸ਼ੂ ਤੀਜੇ ਚੌਥੇ ਸੂਏ ਬਣਦਾ, ਇਹ ਚੀਜ਼ਾਂ ਜਿਹੜੀਆਂ ਇਹਦੀਆਂ ਪੂਰੀਆਂ ਭਰਨਗੀਆਂ ਤਾਂ ਸੰਧੂ ਸਾਹਿਬ ਇੱਕ ਭਾਰੀ ਦਿੱਖ ਦੇ ਵਿੱਚ ਚੰਗੀ ਜਿਹੜੀ ਮੱਝ ਤਿਆਰ ਹੋ। ਬਿਲਕੁਲ ਜੀ ਬਿਲਕੁਲ ਸੰਧੂ ਸਾਹਿਬ, ਆਪਾਂ ਗੱਲ ਕਰੀਏ ਨਾ ਜਿੱਥੇ ਮਰਜ਼ੀ ਖੜਾ ਕੇ ਇਹਨੂੰ ਮਤਲਬ ਚੁਆਈ ਕਰ ਲਓ ਜੀ। ਲਓ ਜੀ, ਵੈਸੇ ਨੋਰਮਲੀ ਦੋਸਤੋ ਵੇਖ ਸਕਦੇ ਹੋ ਤੁਸੀਂ, ਠੀਕ ਆ ਜੀ, ਵੀ ਸੀਲ ਸਾਊ ਪਸ਼ੂ ਆ। ਬਾਕੀ ਨੀਲੀ ਦੇ ਪਸ਼ੂ ਆਪਾਂ ਮੰਨ ਸਕਦੇ ਹਾਂ ਵੀ ਦੋਸਤੋ ਬਹੁਤ ਸੀਲ ਸਾਊ ਆ, ਠੰਡੇ ਆ। ਬੈਕ ਕੈਮਰਾ ਕਰਿਓ ਨਾ ਲਓ ਜੀ, ਦੇਖੋ ਕੋਈ ਹੈ ਹੀ ਨਹੀਂ ਇਹਨੂੰ ਮਤਲਬ ਕਿ ਜਿੱਥੇ ਮਰਜ਼ੀ। ਠੀਕ ਆ ਜੀ, ਅਤੇ ਪਸ਼ੂ ਬਹੁਤ ਆਉਂਦੇ ਆ ਪਰ ਜਿਹੜਾ ਆਪਾਂ ਨੀਲੀ ਦਾ ਪਸ਼ੂ ਆ ਤਕਰੀਬਨ ਹੀ ਜਿਹੜਾ ਠੰਡਾ ਪਾਇਆ ਜਾਂਦਾ। ਇੱਕ ਰੁਪਏ ਅਸਾਂ ਵੀ ਇਹ ਵੀ ਗੱਲ ਜ਼ਰੂਰੀ ਹੈ ਵੀ ਕਈ ਨਾ ਪਸ਼ੂ ਮੁਰਾ ਦੇ ਵਿੱਚ ਗੱਲ ਕਰ ਲਈ, ਚਾਹੇ ਕ੍ਰੋਸ ਮੱਝਾਂ ਝੋਟੀਆਂ ਦੀ ਗੱਲ ਕਰ ਲਈਏ ਵੀ ਬੱਚਾ ਕਈ ਨਾ ਵੀ ਨਵੀਂ ਹੋ ਜਾਏ ਅੱਗਾ ਪਿੱਛਾ ਹੋ ਜਾਏ ਅਤੇ ਪਹਾੜੇ ਵੰਡੇ ਚਾੜ ਤੇ ਪਸ਼ੂ ਮਿਲਦੇ ਬਹੁਤ ਔਖੇ ਆ। ਬਿਲਕੁਲ ਮੋਰਾ ਦੇ ਵਿੱਚ ਇਹ ਖਾਸੀਅਤ ਹੈ ਵੀ ਪਸ਼ੂ ਮਤਲਬ ਦੋ ਤਿੰਨ ਬੱਚੇ ਨੂੰ ਮਾੜਾ ਪਾਸੇ ਕਰ ਲਏ ਤੇ ਇਹਨਾਂ ਨੇ ਬਿਲਕੁਲ ਪਹਾੜੇ ਵੰਡੇ ਚਾੜ ਦਾ ਆ ਜਾਂਦੀਆਂ, ਹਾਂ ਕੋਈ ਸ਼ੱਕ ਹੀ ਨਹੀਂ ਇਹਦੇ 'ਚ। ਬਿਲਕੁਲ, ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਸੰਧੂ ਸਾਹਿਬ ਬਿਲਕੁਲ ਸਾਂਭ ਸੰਭਾਲ ਵਾਲੇ ਬੰਦੇ ਕੋਲ ਜਾਵੇ ਤਾਂ ਇਹੀ ਝੋਟੀ ਦਾ ਦੋਨਾਂ ਵੇਟ। ਕੋਈ ਜ਼ਿਆਦਾ ਵਰਡ ਨਹੀਂ ਹੈਗੇ ਵੀ ਇਹਨੂੰ ਆਪਾਂ ਹੋਰ ਬਿਆਨ ਕਰ ਸਕੀਏ, ਠੀਕ ਆ ਜੀ, ਵੀ ਖੂਬਸੂਰਤੀ ਬਹੁਤ ਆ। ਬਾਕੀ ਸਟਰਕਚਰ ਬਾਡੀ ਬੰਟਰ ਸਟਰਕਚਰ ਚੰਗਾ, ਬਾਕੀ ਹਵਾਨਾ ਲੇਵਾ ਜਿਹੜਾ ਸਟਰਕਚਰ ਉਹ ਬਹੁਤ ਖੂਬਸੂਰਤ, ਸਭ ਤੋਂ ਚੰਗੀ ਚੀਜ਼ ਆ ਸੰਧੂ ਸਾਹਿਬ। ਬਿਲਕੁਲ ਜਿਵੇਂ ਆਪਾਂ ਕਹਿ ਸਕਦੇ ਮੇਲਿਆਂ 'ਤੇ ਪਾਉਣ ਵਾਲੀ ਝੋਟੀ ਆ ਤਾਂ ਇਹਦੀ ਕਾਬਲੇ ਤਾਰੀਫ ਤਾਂ ਹੀ ਬਣਦੀ ਆ ਕਿ ਆਪਾਂ ਵਾਰ ਵਾਰ ਇਹਦੀ ਗੱਲ ਕਰਦੇ ਹਾਂ। ਬਿਲਕੁਲ ਜੀ, ਤਾਂ ਫਿਰ ਸੀਰ ਸਾਊ ਆ ਠੰਡੀ ਆ। ਲਓ ਜੀ, ਅਤੇ ਚਵਾਈਆਂ ਦੀ ਕਰਕੇ ਦਿਖਾਉਣੀ ਆ ਸੰਧੂ ਸਾਹਿਬ, ਚਵਾਈ ਦਾ ਚਲੋ ਆਪਾਂ ਧਾਰਾ ਮਰਾ ਹੀ ਦਿੱਤੀਆਂ, ਕਰਾਉਣੀ ਤਾਂ ਆਪਾਂ ਕਰਵਾ ਵੀ ਦਿੰਦੇ ਹਾਂ। ਅਰਵੀਰ ਬਾਈ ਕੀ ਲੈਣ ਦੇਣ ਦਾ ਕੀ ਰਹੂਗਾ ਮੁੱਲ? 70,000 ਮੁੱਲ ਆ, ਬਿਲਕੁਲ ਜੈਨੂਅਲ ਜਾ ਉਹਦੇ ਜੋ ਸ਼ੋਰ ਛੱਪਾ। 70,000 ਜੀ? 75 75,000 ਹਾਂਜੀ। ਲਓ ਜੀ, ਵੀ ਅੱਗੋਂ ਵੀ ਫੜ ਕੇ ਲਿਆਉਣ ਦੀ ਲੋੜ ਨਹੀਂ, ਆਪਣੇ ਆਪ ਹੀ ਆ ਜਾਂਦੀ ਹੈ। ਦੇਖੋ ਠੰਡੀ ਆ ਸਾਨੂੰ ਤਾਂ ਕੋਈ ਸ਼ੱਕ ਹੀ ਨਹੀਂ ਇਹਦੇ 'ਚ। ਅੱਛਾ ਜੀ, ਲਓ ਦੋਸਤੋ ਬਹੁਤ ਬੈਸਟ ਕੁਆਲਿਟੀ ਦੀ ਦੋਸਤੋ ਝੋਟੀ ਤੁਹਾਨੂੰ ਦਿਖਾਤੀ ਆ ਬਾਈ ਹਰਵੇਲ ਨੇ। ਇਸੇ ਤਰ੍ਹਾਂ ਦੇ ਪਸ਼ੂ ਦੋਸਤੋ ਪਹਿਲਾਂ ਵੀ ਕਾਫੀ ਵੀਰ ਨੇ ਲਿਆਂਦੇ ਆ, ਸੇਲ ਕੀਤੇ ਆ ਅਤੇ ਬਹੁਤ ਸਾਫ਼ ਸੁਥਰਾ ਤੁਸੀਂ ਪਸ਼ੂ ਲੈ ਕੇ ਜਾਓਗੇ, ਠੀਕ ਆ ਜੀ, ਕੋਈ ਸ਼ੱਕ ਨਹੀਂ ਹੈਗਾ ਗਾ। ਸੋ ਕਾਬਲੇ ਤਾਰੀਫ ਆ ਜੀ, ਠੀਕ ਆ ਜੀ, ਕਾਬਲੇ ਤਾਰੀਫ ਆ। ਰੇਟ ਵੀ ਜੇ ਆਪਾਂ ਇੰਨੀ ਹਰ ਕੁਆਲਿਟੀ ਪੱਖੋਂ ਗੱਲ ਕਰੀਏ ਤਾਂ ਰੇਟ ਬਹੁਤ ਜਾਇਜ਼ ਹੈ। ਬਿਲਕੁਲ ਜੀ ਬਿਲਕੁਲ, ਤਾਂ ਆਉਣ ਵਾਲੇ ਭਵਿੱਖ ਦੇ ਵਿੱਚ ਵਾਧੇ ਬੰਦੀ ਹੈ। ਵੀ ਇਹੋ ਜਿਹੇ ਝੋਟੀਆਂ ਦਾ ਦੋਸਤੋ ਆਪਾਂ ਕਹਿ ਦਿੰਦਾ ਵੀ ਕੋਈ ਮੁੱਲ ਨਹੀਂ ਹੈਗਾ, ਠੀਕ ਆ ਜੀ, ਅਤੇ ਆਹ ਵੇਖੋ ਜੀ, ਕੋਈ ਨਹੀਂ ਆਪਾਂ ਨੇ ਇਹਦੀ ਚੁਆਈ ਵੀ ਨਾਲ ਕਰਾ ਦਿੰਦੇ ਹਾਂ। ਲਓ ਜੀ, ਠੀਕ ਆ ਜੀ, ਅਤੇ 75,000 ਆ ਦੋਸਤੋ ਡਿਮਾਂਡ ਆ, ਲੈ ਦੇ ਜਿਹੜਾ 75,000 ਆ। ਬਾਕੀ ਕੋਈ ਪਿਆਰ ਮੁਹੱਬਤ ਕੋਈ ਛੋਟ ਛੱਪਾ ਦੋਸਤੋ ਮੌਕੇ 'ਤੇ ਆ, ਉਹ ਹੋ ਜਾਂਦਾ ਹਰ ਵਾਰ ਦੀ ਤਰ੍ਹਾਂ ਜਿਹੜਾ ਵੀਰ ਕੋਈ ਫਾਰਮ 'ਤੇ ਆਉਂਦਾ, ਤਸੱਲੀ ਆਪਦੀ ਕਰ ਲਿਓ ਪਸ਼ੂ ਖਰੀਦਣ ਤੋਂ ਪਹਿਲਾਂ, ਉਸ ਤੋਂ ਬਾਅਦ ਦੋਸਤੋ ਤੁਸੀਂ ਛੋਟ ਛੱਪਾ ਜਿਹੜਾ ਮਾਣ ਉਹ ਜ਼ਰੂਰ ਕਰਵਾ ਲਿਓ। ਹਰਵੇਲ ਭਾਈ ਅਗਲੀ ਮੱਝ ਆਪਣੇ ਕੋਲ ਇਹ ਸੰਧੂ ਸਾਹਿਬ ਮੀਨੀ ਆ। ਬਾਕੀ ਇੱਕ ਚੀਜ਼ ਆ ਸੰਧੂ ਸਾਹਿਬ, ਆਪਾਂ ਚੈੱਕ ਚੰਗੀ ਤਰ੍ਹਾਂ ਦੇਣਗੇ, ਧਾਰਾਂ ਦਿਖਾ ਦਿੰਦੇ ਹਾਂ, ਚੁਆਈ ਤੇ ਫਿਰ ਵੀਡੀਓ ਲੰਬੀ ਹੋ ਜਾਂਦੀ ਆ। ਅੱਛਾ ਜੀ, ਤਾਂ ਲਿਓ ਜੀ ਮਾਰ ਦਿਓ ਧਾਰਾਂ। ਆਹ ਦੇਖੋ ਜੀ, ਇਹ ਅਗਲੇ ਸਾਲਾਂ ਦੀ ਚੁਆਈ ਆ, ਠੀਕ ਆ ਜੀ, ਇਹ ਪਿਛਲੇ ਸਾਲਾਂ ਦੀ। ਹੁਣ ਇੱਕ ਚੀਜ਼ ਨੋਟ ਕਰੋ ਸੰਧੂ ਸਾਹਿਬ, ਆਪਾਂ ਉੱਥੇ ਵੀ ਇਹਦੇ ਚੁਆਈ ਦੇ ਥੱਲੇ ਬੈਠੇ ਸੀ ਪਹਿਲਾਂ ਵੀ 2 ਮਿੰਟ ਅਤੇ ਹੁਣ ਵੀ ਬਿਨ ਬੱਚੇ ਲਾਇਆ, ਬਿਨ ਬੱਚੇ ਲਾਇਆ, ਕੋਈ ਹੈ ਨਹੀਂ ਇਹਨੂੰ
ਇੰਨਾ ਠੰਡਾ ਸੀਲ ਪਸ਼ੂ ਕਰਮਾ ਨਾ ਮਿਲਦਾ। ਲਓ ਜੀ ਦੋਸਤੋ, ਚੰਗੀ ਕੁਆਲਿਟੀ ਆ। ਬਾਕੀ ਇੱਥੇ ਆਣ ਕੇ ਤੁਸੀਂ ਵੀ ਨਿਰਾਸ਼ ਨਹੀਂ ਹੋਵੋਗੇ, ਜਿਹੜਾ ਵੀ ਕੋਈ ਦੂਰ ਦੁਰਾਡਿਓਂ ਆ ਰਿਹਾ ਚਾਹੇ ਨੇੜਿਓਂ ਆ ਰਿਹਾ, ਪਸੰਦ ਆਊਗੀ। ਕਰੀਬ 6 ਵਜੇ ਚੁਆਈ ਕੀਤੀ ਸਵੇਰੇ, ਇਹਦੀ ਚੁਆਈ ਲੇਟ ਸੀ ਅੱਜ 7:30 ਦੀ। ਜੇ ਹੋਰ ਥੋੜ੍ਹੀ ਚੁਆਈ ਟਾਈਮ ਨਾਲ ਹੁੰਦੀ ਤਾਂ ਹੋਰ ਜ਼ਿਆਦਾ ਇਹਦਾ ਜਿਹੜੀ ਦਿੱਖ ਸੀ। ਬਿਲਕੁਲ ਬਿਲਕੁਲ ਨਹੀਂ, ਚੰਗੀ ਉਮੀਦ ਆ ਜੀ, ਜਿਹੜੇ ਸਾਰਾ ਦਿਨਾਂ ਦੇ ਸਟਾਰਟਿੰਗ ਹੋਈ ਆ, ਬਹੁਤ ਸੋਹਣੀ ਉਮੀਦ ਕਰ ਸਕਦੇ ਹਾਂ। ਅਤੇ ਅਗਲੀ ਜਿਹੜੀ ਦੋਸਤੋ ਟੇਢੇ ਕੱਟ ਦੇ ਵਿੱਚ ਅਗਲੀ ਬਾਅਦ ਆ ਗਈ ਆ, ਨੀਲੀ ਮੀਨੀ ਆ ਗਈ। ਨੀਲੀ ਮੀਨੀ ਆ ਗਈ, ਠੀਕ ਹੈ ਜੀ, ਬਿਲਕੁਲ ਪਤਲੇ ਪਿੰਡੇ ਦੀ ਆ। ਅਤੇ ਇਹ ਵੀ ਰੇਲ ਸੂਈ ਹੈ ਕਿ ਗੱਭਣ ਜੀ? ਇਹ ਸਾਨੂੰ 15 ਦਿਨ ਕੱਚੀ ਆ, 15 ਕੁ ਦਿਨ ਹਜੇ ਲੈਂਦੀ ਆ, ਠੀਕ ਹੈ ਜੀ। ਅਤੇ ਗੱਭਣ ਆ ਬਿਲਕੁਲ ਤਿਆਰੀ ਦੋਸਤੋ, 2 ਹਫ਼ਤਿਆਂ ਤੱਕ ਪ੍ਰੋਪਰ ਸੂਣ ਦਾ ਨੇੜ ਹੋ ਜੂਗਾ, ਅਤੇ 2 ਹਫ਼ਤੇ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਜੀ, ਠੀਕ ਆ। ਬਾਕੀ ਮੱਝ ਤੁਸੀਂ ਵੇਖ ਲਓ, ਰੰਗ ਢੰਗ ਚੰਗੇ ਆ ਦੋਸਤੋ, ਬੱਚੇ ਲੈਣ ਵਾਸਤੇ ਵੀ ਆਪਾਂ ਕਹਿ ਦਿੰਦੇ ਵੀ ਇਹੋ ਜਿਹਾ ਪਸ਼ੂ ਬਹੁਤ ਬੈਸਟ ਆ। ਇਹਦੀ ਵੀ ਖਾਸੀਅਤ ਆ ਦੁੱਧ 12 ਲੀਟਰ ਬਿਲਕੁਲ ਆਪਾਂ ਗਰੰਟੀ ਕਰ ਸਕਦੇ ਇਹਦੀ। ਬਿਲਕੁਲ ਚਮੜੀ ਵੇਖੋ ਪਤਲੀ ਆ, ਤਾਂ ਠੰਡੀ ਸੀਲ ਆ, ਕੋਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹਦੀ ਚੁਆਈ ਮਾੜੀ ਨਿਕਲੇ, ਚੁਆਈ 1 ਨੰਬਰ ਪੋਲੀ ਨਿਕਲੂਗੀ। ਇਹ ਤਾਂ ਸੋਨੇ ਦੇ ਸੁਹਾਗੇ ਵਾਲੀ ਗੱਲ ਹੁੰਦੀ ਆ ਕਿ ਨੀਲੀ ਤੇ ਮੀਨੀ ਦੋ ਚੀਜ਼ਾਂ ਦਾ ਜਿਹੜਾ ਕੋਂਬੀਨੇਸ਼ਨ ਆ ਬਹੁਤ ਘੱਟ ਮਿਲਦਾ। ਬਿਲਕੁਲ ਬਿਲਕੁਲ। ਤਾਂ ਬਾਕੀ ਅੱਗੇ ਆਪਾਂ ਚੰਗੇ ਬਰੀਡ ਤੇ ਕੰਮ ਕਰਨਾ ਹੋਵੇ, ਬੱਚੇ ਲੈਣੇ ਹੋਣ ਤਾਂ ਲੈ ਸਕਦੇ ਆ। ਬਿਲਕੁਲ ਤੇ ਸਾਨੂੰ ਸਭ ਇਹਦੀ ਪੂਛ ਦੀ ਕੁਆਲਿਟੀ ਦੇ, ਬਿਲਕੁਲ ਐ ਨਰਮ ਜੀ, ਨਰਮ ਲੋ, ਇਦਾਂ ਲੱਗਦਾ ਵੀ ਇਹਦੇ ਚ ਹੱਡੀ ਨਹੀਂ ਹੈਗੀ। ਠੀਕ ਹੈ, ਬਾਕੀ ਇਹੋ ਜਿਹਾ ਬਣੂਗੀ ਚੰਗੀ ਸੰਧੂ ਸਾਹਿਬ। ਬਸ ਇਹੀ ਆ ਕਿ 15 ਦਿਨ 10 ਦਿਨ ਕੋਈ ਕਰੀਬ ਕੱਚੀ ਆ। ਬਿਲਕੁਲ ਜੀ ਬਿਲਕੁਲ। ਤਾਂ ਥਣ ਦੀ ਕੁਆਲਿਟੀ ਬਹੁਤ ਵਧੀਆ, ਪਰ ਰੇਟ ਵੀ ਦਾ ਬਹੁਤ ਜਾਇਜ਼ ਆ, ਰੇਟ ਵੀ ਜਾਇਜ਼ ਆ ਦੋਸਤੋ। ਜਿਹੋ ਜੀ ਮਾਝੋ ਤੁਸੀਂ ਦੇਖ ਰਹੇ ਹੋ ਉਹਦੇ ਅਕੋਰਡਿੰਗ, ਜੇਕਰ ਆਪਾਂ ਦੇਖੀ ਤਾਂ ਰੇਟ ਵੀ ਭਾਅ ਪੜਤਾ ਵੀ ਜਾਇਜ਼ ਮਿਲ ਜੂਗਾ ਤੁਹਾਨੂੰ, ਠੀਕ ਹੈ। ਆਹ ਦੇਖੋ ਸਿੰਘ ਹਿਲਦੇ ਆ ਇਹਦੇ, ਆਹ ਲਓ ਜੀ, ਕੋਈ ਫਿਕਸ ਨਹੀਂ ਹੈਗੇ, ਢੇਰੀ ਨਹੀਂ ਗੀ, ਮੀਨੀ ਆ ਜੀ, ਮੀਨੀ ਆ ਬਿਲਕੁਲ, ਫਿਕਸ ਸਿੰਘ ਨਹੀਂ ਗਾ, ਬਿਲਕੁਲ ਹਿਲਦੇ ਆ, ਵੇਖੋ ਜਰਤ ਪੂਰੀ ਮਾਰਦੇ ਆ, ਠੀਕ ਹੈ। ਬਾਕੀ ਕਹਿੰਦੇ ਨੇ ਕਰਮਾਂ ਵਾਲੀਆਂ ਹੁੰਦੀਆਂ, ਹਾਂ ਇਹ ਸੁੱਖ ਮੰਗਦੀਆਂ ਕਿ ਅਸੀਂ ਵਿੱਚ ਛੁਪਿਆ ਰਹੀਏ ਤਾਂ ਮਾਲ ਵੱਧਦੇ ਵੱਧਦਾ ਰਹੇ। ਲਓ ਜੀ, ਲੋਕ ਕਹਿੰਦੇ ਬਰੜੀ ਦੇ ਮੀਨੀ, ਹੈਨਾ, ਬਿਲਕੁਲ ਬਰੜੀ ਵੀ ਮੱਝ ਦਾ ਜਿਹੜੇ ਪੁਰਾਣੇ ਬਜ਼ੁਰਗ ਦੱਸਦੇ ਆ ਉਹ ਵੀ ਅਰਵੇਲ ਪੈ ਚੰਗੀ ਮੰਨੀ ਗਈ ਆ, ਚੰਗੀ ਮੰਨੀ ਗਈ ਆ, ਦੱਸਦੇ ਕਿ ਉਹ ਕਹਿੰਦੇ ਵੀ ਮੈਨੂੰ ਮੈਂ ਵਿੱਚ ਲੁਕੀ ਰਵਾਂ, ਤਾਂ ਇਹਦੇ ਵਿੱਚ ਵਾਧਾ ਹੋਵੇ, ਪਸ਼ੂ ਹੋਰ ਹੋਣ ਤਾਂ ਮੈਨੂੰ ਕੋਈ ਵੇਖੇ ਨਾ। ਦੇਖੋ ਜੀ, ਜਿਹੜਾ ਜੱਗ ਜਾਣ ਤੇ ਆ ਗਿਆ ਮਾੜਾ ਤਾਂ ਕੋਈ ਵੀ ਨਹੀਂ, ਮਾੜਾ ਕੋਈ ਨਹੀਂ, ਤੇ ਜੋਰ ਆਪਣੇ ਬਣਾ ਕੇ ਜਿਹੋ ਜੀ ਬਣਤਰ ਬਣਾ ਕੇ ਘਾਲਦੀ ਸਭ ਚੰਗੇ ਨੇ, ਚੰਗੇ ਜਿਹੜੀਆਂ ਆਪਣੇ ਬਜ਼ੁਰਗਾਂ ਦੀਆਂ ਕਹਾਵਤਾਂ ਕਹਾਣੀਆਂ ਸੁਣੀ ਦੀਆਂ ਕਿ ਦੱਸਦੇ ਮੀਨੀ ਨੂੰ ਤੇ ਬਰੜੀ ਨੂੰ ਚੰਗਾ ਮੰਨਿਆ ਜਾਂਦਾ, ਗੁਣਿਆਈ ਦਾ ਚੰਗਾ ਜਿਹੜਾ ਦਿੱਤਾ ਗਿਆ ਬਾਹਰ ਹੀ ਦਿੱਤਾ ਗਿਆ ਜੀ। ਸੋ ਬਾਕੀ ਝੋਟੀ ਦੋਸਤੋ, ਮੱਝ ਤੁਸੀਂ ਤੀਜਾ ਸੂਬਾ ਸੂਗੀ ਨੇ, ਤੀਜਾ ਸੂਬਾ ਸੁਣਾ, ਠੀਕ ਹੈ ਜੀ। ਅਤੇ ਰੇਟ ਪੜਤਾ ਵੀ ਜਿਹੜਾ ਦੋਸਤੋ ਬਿਲਕੁਲ ਆਪਾਂ ਦੱਸ ਦਿੰਦੇ ਹਾਂ ਤੁਹਾਨੂੰ, ਅਤੇ ਉਸ ਤੋਂ ਬਾਅਦ ਤੁਸੀਂ ਆਪਣੀ ਤਿੱਪ ਕੇ ਤਸੱਲੀ ਕਰ ਲਿਓ, ਕਿਉਂਕਿ ਗੱਬਣ ਮੱਝ ਆ, ਅਤੇ ਵੀਰ ਨੇ ਪੂਰੀ ਗੱਲਬਾਤ ਤੁਹਾਨੂੰ ਦੱਸ ਹੀ ਦਿੱਤੀ ਹੈ। ਤਿੱਪ ਕੇ ਦਿਖਾ ਦਿੰਦੇ ਹਾਂ, ਲਓ ਜੀ ਟਿੱਪ ਕੇ ਵੀ ਬਾਈਆਂ ਦਾ ਦਿਖਾ ਦਿੰਦੇ ਹਾਂ ਵੀ ਦੋਸਤੋ, ਵੀ ਕਿਸੇ ਵੀਰ ਨੇ ਔਨਲਾਈਨ ਸੌਦਾ ਕਰਨਾ ਉਹਨਾਂ ਲਈ ਇਹ ਖਾਸ ਤੌਰ 'ਤੇ, ਜਿਹੜੇ ਵੀਰ ਕੋਈ ਦੂਰ ਦੁਰਾਡੇ ਆ ਜਾਂ ਸਰਦਾ ਵਰਦਾ ਹੈਗਾ ਘਰ, ਤੁਸੀਂ ਵਿਜ਼ਿਟ ਕਰਕੇ ਤਸੱਲੀ ਪਹੁੰਚ ਕੇ ਕਰ ਲਿਓ। ਜਿਹੜੇ ਕਿਸੇ ਵੀਰ ਤੋਂ ਮੰਨ ਲਓ ਵੀ ਨਹੀਂ ਆਇਆ ਜਾਂਦਾ ਗਾ ਦੂਰ ਦੁਰਾਡੇ ਆ ਗਏ, ਉਹਨਾਂ ਲਈ ਤਸੱਲੀ ਜ਼ਰੂਰ ਆਪਾਂ ਕਰਵਾ ਦੀ ਦੀ ਹੈ ਵੀ ਚਾਹੇ ਚਵਾਈ ਦੀ ਹੋ ਜਾਵੇ ਚਾਹੇ ਗੱਭਣ ਪਸ਼ੂ ਨੂੰ ਤਿੱਪ ਕੇ ਹੋ ਜਾਵੇ। ਚਲੋ ਆਹ ਦੇਖੋ ਜੀ, ਅਗਲੇ ਪਹਿਲੇ ਥਾਂ ਦੀ ਅਜੇ ਸ਼ਾਇਦ ਆ ਸੰਧੂ ਸਾਹਿਬ, ਬਿਲਕੁਲ ਕੋਰਾ ਸ਼ਾਇਦ ਸ਼ਾਇਦ ਵੀ ਇੰਨਾ ਪੁੱਲ ਆ ਰਿਹਾ, ਫਿਰ ਇਹਦਾ ਮਤਲਬ ਚੁਆਈ ਬਹੁਤ ਨਰਮ ਆਊਗੀ। ਠੀਕ ਆ, ਥਣਾਂ ਦੀ ਫੁੱਲ
ਗਰੰਟੀ ਆ ਲਓ ਜੀ ਠੀਕ ਹੈ ਅਤੇ ਚੰਗੀ ਕੁਆਲਿਟੀ ਵਾਲੀ ਜਿਹੜੀ ਦੋਸਤੋ ਇਹ ਮੱਝ ਆ ਤੁਸੀਂ ਜ਼ਰੂਰ ਡਿਸਾਈਡ ਕਰ ਸਕਦੇ ਜੀ ਖਰੀਦ ਸਕਦੇ ਜੀ ਠੀਕ ਆ ਅਤੇ ਰੇਟ ਮੁੱਲ ਕੀ ਰਹੂਗਾ ਉਹ ਵੀ ਕਾਲ ਕਰ ਲਿਓ ਸੰਪਰਕ ਕਰ ਲਿਓ ਤਸੱਲੀ ਕਰ ਲਿਓ ਠੀਕ ਹੈ ਜੀ ਜਿਹੜੇ ਵੀਰ ਕੋਈ ਪਾਰਕੂ ਆ ਖਾਸ ਤੌਰ 'ਤੇ ਤੁਸੀਂ ਨੀਲੀ ਦਾ ਪਸ਼ੂ ਖਰੀਦਣਾ ਚਾਹੁੰਦੇ ਹੋ ਤਾਂ ਜ਼ਰੂਰ ਸੰਪਰਕ ਕਰ ਲਿਓ ਠੀਕ ਹੈ ਜੀ ਬਾਕੀ ਦੁੱਧ ਅੱਗੇ ਪਾਈ ਦਾ ਕਿਉਂਕਿ ਹਜੇ ਕਰਮ ਵਾਲੀ ਨੇ ਬਿਲਕੁਲ ਬੰਨਣਾ ਹਜੇ ਭਾਂਡਾ ਭਰਨਾ ਇਹੀ ਮੱਝ 75,000 ਰੁਪਈਏ ਦੀ ਆ ਸਿਰਫ ਕੱਚੀ ਹਾਂ ਹਰਵੇਲ ਸਿੰਘ ਪਿੰਡ ਜੋੜ ਸਿੰਘ ਵਾਲੇ ਤੋਂ ਠੀਕ ਹੈ ਜੀ ਤੇ ਖਾਸ ਅੱਜ ਆਪਣੀ ਇੱਕ ਕਵਰੇਜ ਸੀਗੇ ਦੋ ਪਸ਼ੂ ਤੁਹਾਨੂੰ ਦਿਖਾਤੇ ਆ ਠੀਕ ਹੈ ਜੀ ਦੋਨੋਂ ਪਸ਼ੂ ਕਮਾਲ ਦੇ ਆ ਚੰਗੇ ਆ ਝੋਟੀ ਵੀ ਬਹੁਤ ਵਧੀਆ ਵਾਧੇ ਬੰਦੀ ਆ ਵੀ ਨਵੀਂ ਝੋਟੀ ਆ ਇੱਕ ਮੱਝ ਦਿਖਾਤੀ ਆ ਨੀਲੀ ਰਾਵੀ ਦੇ ਵਿੱਚ ਮੀਨੀ ਸੋ ਜ਼ਰੂਰ ਤੁਸੀਂ ਕੰਟੈਕਟ ਕਰ ਲਿਓ ਬਾਈ ਹਰਵੇਲ ਦੇ ਨਾਲ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।